6 ਹੋਰ ਹਫ਼ਤੇ ਦਾ ਸਮਾਂ ਮੰਗਿਆ ਗਿਆ। ਹਾਈ ਕੋਰਟ ਨੇ ਜਾਂਚ ਲਈ ਕਮੇਟੀ ਨੂੰ ਹੋਰ ਸਮਾਂ ਦੇ ਦਿੱਤਾ ਹੈ। ਸ਼ੁਭਕਰਨ ਦੀ ਮੌਤ ਮਾਮਲੇ ਦੀ ਜਾਂਚ ਦੇ ਲਈ 3 ਮੈਂਬਰੀ ਕਮੇਟੀ ਬਣਾਈ ਗਈ ਹੈ। ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ। ਪੰਜਾਬ ਤੇ ਹਰਿਆਣਾ ਤੋਂ ਇੱਕ ADGP ਲੈਵਲ ਦੇ ਅਫਸਰ ਵੀ ਕਮੇਟੀ ਦਾ ਹਿੱਸਾ ਨੇ। ਪੰਜਾਬ ਤੋਂ ADGP ਪ੍ਰਮੋਦ ਬਾਨ ਅਤੇ ਹਰਿਆਣਾ ਤੋਂ ADGP ਅਮਿਤਾਭ ਸਿੰਘ ਢਿੱਲੋਂ ਇਸ ਕਮੇਟੀ ਦਾ ਹਿੱਸਾ ਨੇ। ਸ਼ੁਭਕਰਨ ਦੀ ਮੌਤ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਹੋਰ ਸਮਾਂ ਮੰਗਿਆ ਸੀ ਜਾਂਚ ਕਮੇਟੀ ਨੇ, ਔਰ ਹਾਈ ਕੋਰਟ ਨੇ ਸਮਾਂ ਦੇ ਦਿੱਤਾ। ਸੁਪਰੀਮ ਕੋਰਟ ਦਾ ਆਨਰੇਬਲ ਸੁਪਰੀਮ ਕੋਰਟ ਦਾ ਆਰਡਰ ਸੀ ਜਿਹੜਾ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਆਰਡਰ ਦੇ ਖਿਲਾਫ ਸੁਪਰੀਮ ਕੋਰਟ 'ਚ ਇਹਨਾਂ ਨੇ SLP ਫਾਈਲ ਕੀਤੀ ਸੀ। ਅਸੀਂ ਆਰਡਰ ਕੋਰਟ ਦੇ ਨੋਟਿਸ ਵਿੱਚ ਲਿਆਏ ਕਿ ਇਹ ਹਰਿਆਣਾ ਸਰਕਾਰ ਗਈ ਸੀ, ਇਹਨਾਂ ਨੂੰ ਕੋਈ ਉੱਥੋਂ ਇੰਟਰਿਮ ਆਰਡਰ ਨਹੀਂ ਮਿਲਿਆ, ਐਂਡ ਰਾਦਰ ਦੀ ਆਨਰੇਬਲ ਸੁਪਰੀਮ ਕੋਰਟ ਸੈਡ ਕਿ ਦੇ ਵਿਲ ਅਵੇਟ ਦੀ ਰਿਪੋਰਟ ਆਫ ਕਮੇਟੀ। ਅਸੀਂ ਕੋਰਟ ਨੂੰ ਇਹ ਦੱਸਿਆ, ਉਸ ਤੋਂ ਬਾਅਦ ਕੋਰਟ ਨੇ ਫਿਰ ਕੋਰਟ ਨੂੰ ਲੈਟਰ ਆ ਗਿਆ ਸੀ ਡਾਇਰੈਕਟਲੀ ਕਮੇਟੀ ਵੱਲੋਂ ਥਰੂ ਪ੍ਰੋਪਰ ਚੈਨਲ, ਜਿਹੜਾ ਲੈਟਰ ਆਇਆ ਸੀ ਉਹ ਇਹ ਸੀ ਕਿ ਵੀ ਸਾਨੂੰ ਕਿਉਂਕਿ ਟਾਈਮ ਨਹੀਂ ਮਿਲਿਆ ਪੂਰਾ ਜਦ ਤੱਕ ਉਹਨਾਂ ਨੂੰ ਹੋਇਆ, ਅਤੇ ਹੁਣ ਸਾਰਾ ਇਨਫਰਾਸਟਰਕਚਰ ਵਗੈਰਾ ਜਿਹੜਾ ਇਹਨਾਂ ਨੇ ਸਟੇਟ ਨੇ ਪ੍ਰੋਵਾਈਡ ਕਰਤਾ, ਵਿਲ ਰਿਕੁਆਇਰ 6 ਵੀਕ ਟਾਈਮ ਟੂ ਇਨਵੈਸਟੀਗੇਟ ਦੀ ਮਰਡਰ ਆਫ ਸ਼ੁਭਕਰਨ ਸਿੰਘ ਐਂਡ ਵਿਦ ਰਿਗਾਰਡ ਟੂ ਦੀ ਅਦਰ ਐਲੀਗੇਸ਼ਨਸ ਜਿਹੜੇ ਨੇ ਯੂਜ਼ ਆਫ ਐਕਸੈਸ ਪਾਵਰ ਵਗੈਰਾ, ਉਹਦੇ ਵਾਸਤੇ ਕਹਿੰਦੇ ਵੀ ਹੈਵ ਟੂ ਰਿਕਾਰਡ ਦੀ ਐਵੀਡੈਂਸ। 6 ਹਫ਼ਤੇ ਦਾ ਇੰਟਰਿਮ ਰਿਪੋਰਟ ਵਿਦ ਰਿਗਾਰਡ ਟੂ ਸ਼ੁਭਕਰਨ ਮਰਡਰ ਐਂਡ ਟੋਟਲ 6 ਮੰਥ ਫਾਰ ਇਨਵੈਸਟੀਗੇਟਿੰਗ ਦੀ ਅਦਰ ਇੰਸੀਡੈਂਟਸ ਜਿਹੜੇ ਫੋਰਸ ਦਾ ਮਿਸਯੂਜ਼ ਹੋਇਆ, ਜਿਹੜੀ ਐਕਸੈਸ ਫੋਰਸ ਯੂਜ਼ ਹੋਈ ਆ। ਉਹਦੇ ਕਮੇਟੀ ਨੇ ਇਨਫੋਰਮ ਕੀਤਾ ਕੋਰਟ ਨੂੰ ਕਿ 18 ਤਰੀਕ ਨੂੰ ਦੇ ਵਿਲ ਵਿਜ਼ਿਟ ਖਨੌਰੀ ਬਾਰਡਰ ਜਿਹੜਾ ਹੈ ਸਪੋਟ ਇੰਸਪੈਕਟ ਕਰਨਗੇ, ਉਸ ਤੋਂ ਇਲਾਵਾ ਨਰਵਾਣਾ ਰੈਸਟ ਹਾਊਸ ਜਿਹੜਾ ਹੈ ਉੱਥੇ ਜਾ ਕੇ ਉਹ ਕਮੇਟੀ ਵੱਲ ਉੱਥੇ ਜਿਹੜੇ ਲੋਕ ਬਿਆਨ ਦੇਣਾ ਚਾਹੁਣ ਉਹਨਾਂ ਦੇ ਬਿਆਨ ਰਿਕਾਰਡ ਕਰਨਗੇ, ਅਤੇ ਜਿੰਨੇ ਕਾਊਂਸਲਸ ਨੇ ਇਸ ਕੇਸ ਦੇ ਵਿੱਚ ਐਪਲੀਕੈਂਟ ਨੇ ਪਟੀਸ਼ਨਰ ਨੇ ਉਹਨਾਂ ਨੇ ਵੀ ਕਮੇਟੀ ਨੇ ਨੋਟਿਸ ਇਸ਼ੂ ਕੀਤਾ ਹੈ, ਅਤੇ ਅਸੀਂ ਵੀ ਕਮੇਟੀ ਕੋਲ ਜਾ ਕੇ ਇੱਕ ਐਪਲੀਕੇਸ਼ਨ ਇਹ ਦੇਵਾਂਗੇ, ਕਿਉਂਕਿ ਹਰਿਆਣਾ ਦੇ ਵਿੱਚ ਸਾਨੂੰ ਇਹ ਖਤਰਾ ਹੈ ਕਿ ਜਿਹੜੇ ਸਾਡੇ ਕਿਸਾਨ ਭਰਾ ਉੱਥੇ ਬਿਆਨ ਦੇਣ ਜਾਣਗੇ, ਇਹ ਪੋਸੀਬਲ ਹੈ ਕਿ ਹਰਿਆਣਾ ਪੁਲਿਸ ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾ ਸਕਦੀ ਹੈ। ਸੋ ਅਸੀਂ ਕਮੇਟੀ ਨੂੰ ਇਹ ਰਿਕੁਐਸਟ ਕਰਾਂਗੇ ਕਿ ਜੋ ਕਮੇਟੀ ਦੀ ਹੀਅਰਿੰਗ ਹੈ ਜੋ ਵੀ ਰੱਖੀ ਜਾਣ ਉਹ ਪੰਜਾਬ 'ਚ ਰੱਖੀ ਜਾਣ, ਤਾਂ ਕਿ ਬੰਦੇ ਬਿਨਾਂ ਕਿਸੇ ਡਰ ਤੋਂ ਬਿਨਾਂ ਭੈ ਤੋਂ ਆਪਣੀ ਸਟੇਟਮੈਂਟ ਦੇ ਸਕਣ। ਨੈਕਸਟ ਡੇਟ ਕਦੋਂ? ਡੇਟ ਕੋਰਟ ਨੇ ਇੱਕ ਨਹੀਂ ਕਿਹਾ ਸੀ, ਲਾਸਟ ਵੀਕ ਐਂਡ ਆਫ ਦੀ ਮੇ ਕਿਹਾ ਸੀ। ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਦੱਸੀਏ, ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਵੱਡੀ ਮੀਟਿੰਗ ਹੋਣ ਜਾ ਰਹੀ ਹੈ, ਕੁਝ ਹੀ ਦੇਰ ਦੇ ਵਿੱਚ ਸੀਐਮ ਦੀ ਰਿਹਾਇਸ਼ ਤੇ ਮੀਟਿੰਗ ਹੋਵੇਗੀ। ਪੰਜਾਬ ਤੋਂ ਸੀਐਮ ਭਗਵੰਤ ਮਾਨ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ, ਸੁਨੀਤਾ ਕੇਜਰੀਵਾਲ ਵੀ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ, ਸੰਦੀਪ ਪਾਠਕ, ਸੰਜੇ ਸਿੰਘ, ਸੌਰਭ ਭਾਰਦਵਾਜ, ਗੋਪਾਲ ਰਾਏ ਵੀ ਮੀਟਿੰਗ ਵਿੱਚ ਸ਼ਾਮਿਲ ਹੋਣਗੇ। ਲੋਕ ਸਭਾ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਚਰਚਾ ਹੋਵੇਗੀ। ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਮੀਟਿੰਗ ਹੋਣ ਜਾ ਰਹੀ ਹੈ, ਇਸ ਵੇਲੇ ਦੀ ਵੱਡੀ ਖਬਰ ਹੈ, ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਮੀਟਿੰਗ ਹੋਵੇਗੀ, ਜਿਸ ਦੇ ਵਿੱਚ ਸੁਨੀਤਾ ਕੇਜਰੀਵਾਲ ਵੀ ਸ਼ਾਮਿਲ ਹੋਣਗੇ, ਸੰਜੇ ਸਿੰਘ ਸ਼ਾਮਿਲ ਹੋਣਗੇ, ਪੰਜਾਬ ਦੇ ਮੁੱਖ ਮੰਤਰੀ ਸ਼ਾਮਿਲ ਹੋਣਗੇ, ਸੰਦੀਪ ਪਾਠਕ ਸ਼ਾਮਿਲ ਹੋਣਗੇ, ਤੇ ਬਾਕੀ ਆਮ ਆਦਮੀ ਪਾਰਟੀ ਦੇ ਵਿਧਾਇਕ, ਦਿੱਲੀ ਦੇ ਵਿਧਾਇਕ ਅਤੇ ਸੀਨੀਅਰ ਲੀਡਰਸ਼ਿਪ ਵੀ ਸ਼ਾਮਿਲ ਹੋਵੇਗੀ। ਗੋਪਾਲ ਰਾਏ, ਸੌਰਭ ਭਾਰਦਵਾਜ, ਸੰਜੇ ਸਿੰਘ, ਸੰਦੀਪ ਪਾਠਕ ਮੌਜੂਦ ਰਹਿਣਗੇ ਇਸ ਮੀਟਿੰਗ ਦੇ ਵਿੱਚ, ਸੁਨੀਤਾ ਕੇਜਰੀਵਾਲ ਵੀ ਮੀਟਿੰਗ ਦਾ ਹਿੱਸਾ ਹੋਣਗੇ, ਸੀਐਮ ਭਗਵੰਤ ਮਾਨ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਘੜੀ ਜਾ ਸਕਦੀ ਹੈ, ਚਰਚਾ ਹੋਵੇਗੀ, ਵੱਡੀ ਮੀਟਿੰਗ ਅਰਵਿੰਦ ਕੇਜਰੀਵਾਲ ਦੇ ਘਰ ਹੁਣ ਤੋਂ ਕੁਝ ਦੇਰ ਬਾਅਦ ਦਿੱਲੀ ਦੇ ਵਿੱਚ ਹੋਣ ਜਾ ਰਹੀ ਹੈ। ਮੇਰੇ ਸਹਿਯੋਗੀ ਪੰਕਜ ਕਪਾਹੀ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਪੰਕਜ, ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਮੀਟਿੰਗ, ਕੀ ਜਾਣਕਾਰੀ ਮਿਲ ਪਾ ਰਹੀ ਹੈ?
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਿੱਲੀ ਦੇ ਵਿੱਚ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਤਿਹਾੜ ਜੇਲ੍ਹ ਦੇ ਵਿੱਚ ਕਰਨੀ ਸੀ, ਸਮਾਂ ਮਿਲਿਆ ਸੀਗਾ, ਲੇਕਿਨ ਬਾਅਦ ਵਿੱਚ ਸੁਰੱਖਿਆ ਕਾਰਨਾਂ ਦੀ ਵਜ੍ਹਾ ਕਰਕੇ ਮੁਲਾਕਾਤ ਜਿਹੜੀ ਅੱਜ ਨਹੀਂ ਹੋ ਪਾਏਗੀ। ਔਰ ਜੇਲ੍ਹ ਪ੍ਰਸ਼ਾਸਨ ਹੁਣ ਕਦੋਂ ਸਮਾਂ ਦਿੰਦਾ ਵੈ ਉਹ ਦੇਖਣ ਵਾਲੀ ਗੱਲ ਹੋਏਗੀ। ਲੇਕਿਨ ਇਸ ਵਿਚਾਲੇ ਜਦੋਂ ਦਿੱਲੀ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਅਰਵਿੰਦ ਕੇਜਰੀਵਾਲ ਦੇ ਘਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਬੈਠਕ ਸੱਦੀ ਗਈ, ਜਿਸ ਦੇ ਵਿੱਚ ਸੁਨੀਤਾ ਕੇਜਰੀਵਾਲ ਤੋਂ ਇਲਾਵਾ ਸੰਦੀਪ ਪਾਠਕ, ਸੰਜੇ ਸਿੰਘ, ਸੌਰਭ ਭਰਦਵਾਜ, ਗੋਪਾਲ ਰਾਏ, ਜੈਸਮਿਨ ਸ਼ਾਹ, ਇਹ ਸਾਰੇ ਬੈਠਕ ਦੇ ਵਿੱਚ ਸ਼ਾਮਲ ਹੋਣਗੇ। ਕਿਉਂਕਿ ਪੰਜਾਬ, ਦਿੱਲੀ, ਹਰਿਆਣਾ, ਅਸਾਮ ਔਰ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਇਲੈਕਸ਼ਨ ਲੜ ਰਹੀ ਹੈ, ਤਾਂ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਕਿ ਜ਼ੁਲਮ ਦਾ ਜਵਾਬ ਵੋਟ ਦੇ ਨਾਲ। ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ, ਸੁਪਰੀਮ ਕੋਰਟ ਦੇ ਵਿੱਚ ਵੀ ਮਸਲਾ ਪਹੁੰਚਿਆ। ਲੇਕਿਨ ਹੁਣ ਦੋ ਮਸਲੇ ਨੇ, ਇੱਕ ਤਾਂ ਪੰਜਾਬ ਦੇ ਵਿੱਚ ਅਜੇ ਜਿਹੜੇ ਨੇ ਕੁਝ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰਨੇ ਆ, 9 ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰੇ ਆ, ਅਜੇ 4 ਉਤਾਰਨੇ ਆ, ਕਿਹੜੇ ਹੋਣਗੇ ਉਸ ਬਾਬਤ ਚਰਚਾ ਹੋਏਗੀ। ਇਸ ਤੋਂ ਇਲਾਵਾ ਕਿਸ ਤਰੀਕੇ ਦੇ ਨਾਲ ਕੈਂਪੇਨਿੰਗ ਕਰਨੀ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਔਰ ਅਸਾਮ ਤੇ ਗੁਜਰਾਤ ਦੇ ਵਿੱਚ, ਕਿਉਂਕਿ ਮੁੱਖ ਮੰਤਰੀ ਨੇ ਅਗਲੇ 2-3 ਦਿਨਾਂ ਦੇ ਵਿੱਚ ਅਸਾਮ ਅਤੇ ਗੁਜਰਾਤ ਦੀ ਕੈਂਪੇਨਿੰਗ ਕਰਨ ਦੇ ਲਈ ਜਾਣਾ ਹੈ, ਤਾਂ ਇੱਕ ਪੂਰੀ ਰਣਨੀਤੀ ਜਿਹੜੀ ਹੈ ਉਹ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤੀ ਜਾਏਗੀ। ਬਿਲਕੁਲ, ਇੱਕ ਪੂਰੀ ਰਣਨੀਤੀ ਘੜੀ ਜਾਵੇਗੀ, ਕਿਉਂਕਿ ਬਾਕੀ ਸੂਬਿਆਂ ਦੇ ਵਿੱਚ ਵੀ ਚੋਣ ਪ੍ਰਚਾਰ ਦੇ ਲਈ ਜਾਣਾ ਹੈ, ਕੈਂਡੀਡੇਟਸ ਨੂੰ ਲੈ ਕੇ ਵੀ ਚਰਚਾ ਹੋਣੀ ਹੈ, ਬਹੁਤ ਕੁਝ ਇਸ ਮੀਟਿੰਗ ਤੇ ਡਿਪੈਂਡ ਕਰੇਗਾ। ਸੁਨੀਤਾ ਕੇਜਰੀਵਾਲ ਵੀ ਪੰਕਜ ਇਸ ਮੀਟਿੰਗ ਦਾ ਹਿੱਸਾ ਹੋਣਗੇ, ਆਪਣੇ ਆਪ ਵਿੱਚ ਇਹ ਇਸ਼ਾਰਾ ਕਿਸ ਪਾਸੇ? ਦੇਖੋ, ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਇਸ ਗੱਲ ਦਾ ਜ਼ਿਕਰ ਕਰ ਰਹੀ ਹੈ ਕਿ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਹੀ ਰਹਿਣਗੇ। ਔਰ ਕਿਉਂਕਿ ਸੁਨੀਤਾ ਕੇਜਰੀਵਾਲ ਪਹਿਲਾਂ ਸਿਆਸਤ ਦੇ ਵਿੱਚ ਉਸ ਤਰੀਕੇ ਨਾਲ ਐਕਟਿਵ ਨਹੀਂ ਸੀਗੇ, ਲੇਕਿਨ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਬੈਠਕਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ, ਔਰ ਨਾਲ ਹੀ ਨਾਲ ਜਿਹੜੇ ਤਮਾਮ ਟੋਪ ਲੀਡਰਸ਼ਿਪ ਹੈ ਉਹ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕਰਦੀ ਹੈ ਕਿ ਪੂਰੀ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਦੇ ਨਾਲ ਖੜੀ ਹੈ। ਔਰ ਇਸ ਜਦੋਂ ਪਾਰਟੀ ਦੇ ਸੁਪਰੀਮੋ ਜਿਹੜੇ ਨੇ ਉਹ ਤਾਂ ਇੱਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਜਿਹੜੀ ਹੈ ਉਹ ਪਾਰਟੀ ਦੇ ਵੱਲੋਂ ਕੀਤੀ ਜਾਂਦੀ ਹੈ। ਬਿਲਕੁਲ, ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਪਾਰਟੀ ਦੇ ਵੱਲੋਂ ਕੀਤੀ ਜਾਂਦੀ ਹੈ ਔਰ ਉਹੀ ਕੋਸ਼ਿਸ਼ ਹੋ ਰਹੀ ਹੈ। ਮੀਟਿੰਗ ਹੋਏਗੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਤੇ ਹੁਣ ਤੋਂ ਕੁਝ ਦੇਰ ਦੇ ਵਿੱਚ। ਬਹੁਤ ਸ਼ੁਕਰੀਆ ਪੰਕਜ ਇਸ ਤਮਾਮ ਜਾਣਕਾਰੀ ਦੇ ਲਈ। ਵੱਡੀ ਖਬਰ ਇਸ ਵੇਲੇ ਦੀ, ਹੁਣ ਤੋਂ ਕੁਝ ਦੇਰ ਦੇ ਵਿੱਚ ਇਹ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ। ਅਰਵਿੰਦ ਕੇਜਰੀਵਾਲ ਦੇ ਘਰ ਇਹ ਮੀਟਿੰਗ ਹੈ ਔਰ ਇਸ ਮੀਟਿੰਗ ਦੇ ਵਿੱਚ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਿਲ ਹੋਣਗੇ ਔਰ ਇਸ ਦੇ ਨਾਲ ਨਾਲ ਇਸ ਮੀਟਿੰਗ ਦੇ ਵਿੱਚ ਸੁਨੀਤਾ ਕੇਜਰੀਵਾਲ ਸ਼ਾਮਿਲ ਹੋਣਗੇ, ਸੰਜੇ ਸਿੰਘ ਹੋਣਗੇ, ਸੰਦੀਪ ਪਾਠਕ ਹੋਣਗੇ, ਸਾਰੇ ਵੱਡੇ ਆਗੂ ਆਮ ਆਦਮੀ ਪਾਰਟੀ ਦੇ ਇਸ ਮੀਟਿੰਗ ਦਾ ਹਿੱਸਾ ਹੋਣਗੇ।